ਡੀਅਰ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਸੈਂਪਲ ਪੇਪਰ ਕਰਨ ਜਾ ਰਹੇ ਹਾਂ ਔਰ ਸੈਂਪਲ ਪੇਪਰ ਅਸੀਂ ਕਰਾਂਗੇ ਐਕੁਰੇਟ ਦੀ ਬੁੱਕ ਦੇ ਵਿੱਚੋਂ, ਕਿਉਂਕਿ ਤੁਹਾਡੀ ਹੀ ਡਿਮਾਂਡ ਆ ਕਿ ਸਭ ਤੋਂ ਜ਼ਿਆਦਾ ਬੱਚਿਆਂ ਦੇ ਵਿੱਚ ਰਿਕੁਐਸਟ ਆ ਰਹੀ ਹੈ ਕਿ ਮੈਮ ਐਕੁਰੇਟ ਦੇ ਸੈਂਪਲ ਪੇਪਰਸ ਕਰਵਾਏ ਜਾਣ। ਸੋ ਬੱਚੇ ਵਨ ਬਾਏ ਵਨ ਕਰਕੇ ਜਿਹੜੀਆਂ ਪੰਜ ਵੀਡੀਓਜ਼ ਆਉਣਗੀਆਂ, ਕਿਉਂਕਿ ਪੰਜ ਸੈਂਪਲ ਪੇਪਰਸ ਆ। ਸੋ 5 ਵੀਡੀਓਜ਼ ਹੋਣਗੀਆਂ, ਪਾਰਟ ਨੰਬਰ 1, ਪਾਰਟ ਨੰਬਰ 2, ਪਾਰਟ ਨੰਬਰ 3, 4 ਐਂਡ 5। ਸੋ ਕੱਲਾ ਕੱਲਾ ਸੈਂਪਲ ਪੇਪਰ ਅਸੀਂ ਬੱਚੇ ਡਿਸਕਸ ਕਰਾਂਗੇ। ਸੋ ਐਕੁਰੇਟ ਦੇ ਬੱਚੇ ਮੋਸਟ ਐਕਸਪੈਕਟਡ ਜਿਹੜੇ ਕੁਐਸਚਨਸ ਆ, ਕਹਿ ਲਓ ਜੋ ਪੇਪਰ ਵਿੱਚ ਆਉਣੇ ਚਾਂਸਿਸ ਜ਼ਿਆਦਾ ਆ, ਉਹ ਸਾਰੇ ਕਵਰ ਕੀਤੇ ਹੋਏ ਆ। ਸੋ ਜਿੰਨੇ ਵੀ ਬੱਚੇ ਨੂਮੈਰੀਕਲਸ ਹੋਣਗੇ ਜਾਂ ਐਮਸੀਕਿਊਜ਼ ਹੋਣਗੇ, ਬਹੁਤ ਕੇਅਰਫੁਲੀ ਤੁਸੀਂ ਪੜ੍ਹਨੇ ਆ ਤੇ ਪ੍ਰਿਪੇਅਰ ਕਰਨੇ ਆ। ਅਗਰ ਕਿਸੇ ਤਰੀਕੇ ਦੀ ਕੋਈ ਵੀ ਪ੍ਰੋਬਲਮ ਹੋਏਗੀ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਟੈਲੀਗ੍ਰਾਮ ਚੈਨਲ ਦੇ ਉੱਪਰ ਪੁੱਛ ਲੈਣਾ। ਸੋ ਬੱਚੇ ਸਟਾਰਟ ਕਰਦੇ ਆ ਆਪਣੇ ਫਸਟ ਸੈਂਪਲ ਪੇਪਰ ਤੋਂ। ਸੋ ਬੱਚੇ ਆਪਾਂ ਇਹਦੇ ਵਿੱਚ ਟੋਟਲ 5 ਸੈਂਪਲ ਪੇਪਰਸ ਡਿਸਕਸ ਕਰਾਂਗੇ। ਸੋ ਇਸ ਵੀਡੀਓ ਦੇ ਵਿੱਚ ਬੱਚੇ ਸਟਾਰਟਿੰਗ ਦੇ ਵਿੱਚ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਸੈਂਪਲ ਪੇਪਰ ਫਸਟ। ਸੋ ਫਸਟ ਕੁਐਸਚਨ ਆ, ਐਸਏ ਯੂਨਿਟ ਆਫ ਇਲੈਕਟ੍ਰਿਕ ਫੀਲਡ। ਸੋ ਇਲੈਕਟ੍ਰਿਕ ਫੀਲਡ ਦਾ ਬੱਚੇ ਐਸਏ ਯੂਨਿਟ ਜਿਹੜਾ ਆ ਉਹ ਕਿੰਨਾ ਹੋਏਗਾ, ਦੈਟ ਇਜ਼ ਨਿਊਟਨ ਪਰ ਕੂਲਮ। ਸੋ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ। ਸੈਕਿੰਡ ਆ ਡਿਮੈਂਸ਼ਨ ਫਾਰਮੂਲਾ ਆਫ ਇਲੈਕਟ੍ਰਿਕ ਫੀਲਡ ਇੰਟੈਂਸਿਟੀ। ਬੱਚੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦਾ ਜਿਹੜਾ ਫਾਰਮੂਲਾ ਆ, ਦੈਟ ਇਜ਼ ਆਪਸ਼ਨ ਨੰਬਰ ਏ। ਸੋ ਥਰਡ 'ਤੇ ਆ ਜਾਓ, ਕੈਨ ਅ ਬਾਡੀ ਹੈਵ ਅ ਚਾਰਜ ਔਫ 4×10⁻¹¹? ਬੱਚੇ ਜਿਹੜਾ 4×10⁻¹¹ ਜਿਹੜਾ ਚਾਰਜ ਹੋ ਸਕਦਾ ਕਿ ਨਹੀਂ ਹੋ ਸਕਦਾ। ਸੋ ਇਹਨੂੰ ਯੈਸ ਨੋ ਦੇ ਵਿੱਚ ਕਿੱਦਾਂ ਸੋਲਵ ਕਰਾਂਗੇ? ਪਹਿਲਾਂ ਤਾਂ ਅਸੀਂ ਨੰਬਰ ਆਫ ਇਲੈਕਟ੍ਰੋਨ ਚੈੱਕ ਕਰਾਂਗੇ। ਨੰਬਰ ਆਫ ਇਲੈਕਟ੍ਰੋਨ ਬੱਚੇ 2.5 ਆ, ਜਾਂ ਤਾਂ ਇਲੈਕਟ੍ਰੋਨ 2 ਹੋ ਸਕਦੇ ਜਾਂ ਇਲੈਕਟ੍ਰੋਨ 3 ਹੋ ਸਕਦੇ ਆ। 2.5 ਜਿਹੜੇ ਇਲੈਕਟ੍ਰੋਨਸ ਨਹੀਂ ਹੋ ਸਕਦੇ, ਇਹਦਾ ਮਤਲਬ 4×10⁻¹¹ ਜਿਹੜਾ ਚਾਰਜ ਆ ਕਿਸੇ ਵੀ ਚਾਰਜ ਪਾਰਟੀਕਲ ਦੇ ਉੱਪਰ ਨਹੀਂ ਹੋ ਸਕਦਾ। ਸੋ ਆਨਸਰ ਇਜ਼ ਨੋ। ਨੈਕਸਟ ਆ ਜਾਓ, ਕਰੰਟ ਇਲੈਕਟ੍ਰੀਸਿਟੀ ਇਜ਼ ਗਿਵਨ ਬਾਈ। ਕਰੰਟ ਇਲੈਕਟ੍ਰੀਸਿਟੀ ਬੱਚੇ ਕੌਣ ਦਿੰਦਾ ਆ? ਚਾਰਜ ਪਰ ਯੂਨਿਟ ਟਾਈਮ। ਸੋ 5th ਕੁਐਸਚਨ ਬੱਚੇ ਈਜ਼ੀ ਆ। 6th ਕੁਐਸਚਨ, ਥਰਮਿਸਟਰ ਕੀ ਚੀਜ਼ ਆ? ਥਰਮਿਸਟਰ ਇੱਕ ਥਰਮਲ ਸੈਂਸਿਟਿਵ ਰਜਿਸਟਰ ਆ। ਕੁਐਸਚਨ ਨੰਬਰ 7th 'ਤੇ ਆ ਜਾਓ ਬੱਚੇ, ਸਿਰਫ ਉਹੀ ਕੁਐਸਚਨ ਐਕਸਪਲੇਨ ਕਰਾਂਗੀ ਜਿੱਥੇ ਮੈਨੂੰ ਲੱਗੇਗਾ ਕਿ ਇਹ ਤੁਹਾਨੂੰ ਐਕਸਪਲੇਨ ਕਰਨਾ ਚਾਹੀਦਾ ਆ, ਬਾਕੀ ਜਿਹੜੇ ਡਾਇਰੈਕਟ ਆਨਸਰਸ ਆ ਰਹੇ ਆ। ਸੋ 5 ਸੈਂਪਲ ਪੇਪਰਸ ਆ, ਸੋ ਕੁਝ ਕੁਐਸਚਨਸ ਜਿਹੜੇ ਮੈਂ ਸਕਿੱਪ ਕਰਾਂਗੀ ਜਿੱਥੇ ਮੈਨੂੰ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਹੋਏਗੀ। ਸੋ ਨੈਕਸਟ ਦੇਖੋ, ਇੱਕ ਬਾਰ ਮੈਗਨੇਟ ਆ, ਇਸ ਕੈਪਟ ਇਨ ਅ ਯੂਨੀਫਾਰਮ ਮੈਗਨੈਟਿਕ ਫੀਲਡ, ਇਟ ਐਕਸਪੀਰੀਅੰਸ। ਉਹ ਕੀ ਐਕਸਪੀਰੀਅੰਸ ਕਰਦਾ ਆ? ਹੁਣ ਧਿਆਨ ਨਾਲ ਬੱਚੇ ਆਹ ਚੀਜ਼ ਦੇਖੋ, ਦਿਸ ਇਜ਼ ਅ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ। ਇਹਦੇ ਉੱਤੇ ਕਾਫੀ ਬੱਚੇ ਡਿਸਕਸ਼ਨ ਕਰਦੇ ਆ ਕਿ ਮੈਮ ਟੋਰਕ ਹੋ ਸਕਦਾ ਕਿ ਫੋਰਸ ਹੋ ਸਕਦਾ। ਸੋ ਧਿਆਨ ਨਾਲ ਸਮਝ ਲਓ, ਇੱਕ ਬਾਰ ਮੈਗਨੇਟ ਆ, ਜਿੱਦਾਂ ਹੀ ਉਹਨੂੰ ਯੂਨੀਫਾਰਮ ਮਤਲਬ ਇੱਦਾਂ ਵਾਲੀ ਮੈਗਨੈਟਿਕ ਫੀਲਡ ਦੇ ਅੰਦਰ ਰੱਖ ਦਿੱਤਾ ਗਿਆ, ਜਿੱਦਾਂ ਹੀ ਅਸੀਂ ਬੱਚੇ ਇੱਕ ਟੋਰਕ ਇਹਦੇ ਅੰਦਰ ਰੱਖਾਂਗੇ, ਆਹ ਵਾਲੇ ਫੋਰਸ ਨੇ ਆਹ ਵਾਲੇ ਫੋਰਸ ਨੂੰ ਕੈਂਸਲ ਆਊਟ ਕਰ ਦੇਣਾ। ਸੋ ਇਹਦਾ ਮਤਲਬ ਫੋਰਸ ਤਾਂ ਹੋ ਗਈ ਤੁਹਾਡੀ ਜ਼ੀਰੋ, ਕਿਉਂਕਿ ਇੱਥੇ ਕੋਈ ਨਾ ਕੋਈ ਐਂਗਲ ਲੱਗ ਰਿਹਾ ਔਰ ਥੀਟਾ ਲੱਗ ਰਿਹਾ ਆ। ਟੋਰਕ ਦਾ ਮਤਲਬ ਕੀ ਹੁੰਦਾ? ਕੋਈ ਪਰਟੀਕੁਲਰ ਐਂਗਲ ਥੀਟਾ ਲੱਗਣਾ। ਸੋ ਥੀਟਾ ਇੱਥੇ ਰੋਟੇਟ ਹੋ ਰਿਹਾ ਆ, ਇਹਦਾ ਮਤਲਬ ਟੋਰਕ ਹੈ ਇੱਥੇ ਬਟ ਫੋਰਸ ਨਹੀਂ ਆ। ਸੋ ਆਪਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ। ਨੈਕਸਟ ਆ, ਵਟ ਇਜ਼ ਦਾ ਐਕਸਪੈਕਟਡ ਵੈਲਿਊ ਆਫ ਡਿਪ ਐਟ ਦਾ ਮੈਗਨੈਟਿਕ ਪੋਲ ਆਫ ਅਰਥ? ਮੈਗਨੈਟਿਕ ਪੋਲ 'ਤੇ ਬੱਚੇ 90° ਦਾ ਥੋੜ੍ਹਾ ਐਂਗਲ ਬਣਦਾ ਆ। ਸੋ ਆਨਸਰ ਇਜ਼ 90°। ਨੈਕਸਟ ਕੁਐਸਚਨ ਦੇਖੋ, ਕੁਐਸਚਨ ਨੰਬਰ 9, ਐਂਗਲ ਆਫ ਡਿਪ ਆਫ 90° ਐਟ। ਬੱਚੇ 90° ਕਿੱਥੇ ਹੁੰਦਾ ਆ? ਪੋਲਸ 'ਤੇ। ਸੋ ਸੇਮ ਹੀ ਕੁਐਸਚਨ ਆ, ਕੁਐਸਚਨ ਨੰਬਰ 8 ਐਂਡ 9 ਦੋਨੋਂ ਸੇਮ ਹੈ। 10th 'ਤੇ ਆ ਜਾਓ, ਟੂ ਕਨਵਰਟ ਅ ਗਲਵੈਨੋਮੀਟਰ ਇੰਟੂ ਵੋਲਟਮੀਟਰ। ਵੋਲਟਮੀਟਰ ਨੂੰ ਅਗਰ ਕਨਵਰਟ ਕਰਨਾ ਹੋਵੇ ਤਾਂ ਕੱਚ ਜੋੜਿਆ ਜਾਂਦਾ ਆ ਸੀਰੀਜ਼ ਦੇ ਵਿੱਚ। ਸੋ ਬੱਚੇ ਟ੍ਰਿਕ ਯਾਦ ਕਰ ਲਓ, ਏ ਪੀ ਸੀਰੀਜ਼ ਔਰ ਵੀ ਐੱਸ ਸੀਰੀਜ਼। ਏ ਮਤਲਬ ਅਮੀਟਰ, ਅਮੀਟਰ ਨੂੰ ਆਲਵੇਜ਼ ਪੈਰਲਲ ਜੋੜਿਆ ਜਾਂਦਾ ਆ, ਠੀਕ ਹੈ। ਅਗਰ ਵੋਲਟਮੀਟਰ ਪੁੱਛ ਲਿਆ ਜਾਵੇ ਤਾਂ ਆਲਵੇਜ਼ ਸੀਰੀਜ਼ ਦੇ ਵਿੱਚ ਜੋੜਿਆ ਜਾਂਦਾ ਆ। ਕਲੀਅਰ ਹੋ ਗਿਆ? ਸੋ ਆਨਸਰ ਆ ਗਿਆ ਤੁਹਾਡਾ ਸੀਰੀਜ਼ ਦੇ ਵਿੱਚ, ਅ ਹਾਈ ਰੈਜ਼ਿਸਟੈਂਸ ਕੈਨ ਇਜ਼ ਕਨੈਕਟਡ ਇਨ ਸੀਰੀਜ਼। ਬੱਚੇ ਹੁਣ ਇੱਕ ਹਾਈ ਔਰ ਲੋ ਦਾ ਵੀ ਯਾਦ ਕਰ ਲਓ, ਵੋਲਟਮੀਟਰ ਹਮੇਸ਼ਾ ਹਾਈ ਹੁੰਦਾ ਆ ਅਤੇ ਜਿਹੜਾ ਅਮੀਟਰ ਹੁੰਦਾ ਹਮੇਸ਼ਾ ਲੋ ਰੈਜ਼ਿਸਟੈਂਸ ਹੁੰਦਾ ਆ।
11th ਤੇ ਆ ਜਾਓ। ਐਡੀ ਕਰੰਟ ਇਜ਼ ਪ੍ਰੋਡਿਊਸਡ ਇਨ, ਐਡੀ ਕਰੰਟ ਕਿਹਦੇ ਵਿੱਚ ਪ੍ਰੋਡਿਊਸ ਹੁੰਦਾ ਆ? ਇੰਡਕਸ਼ਨ ਫਨਲ ਦੇ ਵਿੱਚ ਵੀ ਪ੍ਰੋਡਿਊਸ ਹੁੰਦਾ, ਇਲੈਕਟ੍ਰੋਮੈਗਨੈਟਿਕ ਬ੍ਰੇਕਸ ਦੇ ਵਿੱਚ ਵੀ, ਸਪੀਡੋਮੀਟਰ ਦੇ ਵਿੱਚ ਵੀ, ਮਤਲਬ ਸਾਰਿਆਂ 'ਚ ਹੋ ਰਿਹਾ। ਸੋ ਆਲ ਆਫ ਦਿਸ। ਨੈਕਸਟ ਆ, ਵਿੱਚ ਹੈਜ਼ ਦਾ ਹਾਈਐਸਟ ਵੇਵ ਲੈਂਥ, ਵੇਵ ਲੈਂਥ ਸਭ ਤੋਂ ਜ਼ਿਆਦਾ ਕਿਹਦੀ ਹੋਏਗੀ? ਸੋ ਬੱਚੇ ਯਾਦ ਰੱਖਣਾ, ਰਾਮ, ਮੇ ਆਈ ਵਿਜ਼ਿਟ ਯੋਰ ਐਕਸ ਗਰਲਫ੍ਰੈਂਡ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਹਾਈਐਸਟ ਵੇਵ ਲੈਂਥ, ਹਾਈਐਸਟ ਵੇਵ ਲੈਂਥ ਕਿਹਦੀ ਹੋਏਗੀ? ਰੇਡੀਓ ਵੇਵ ਦੀ। ਸੋ ਸਾਨੂੰ ਬੱਚੇ ਆਪਸ਼ਨਸ ਗਿਵਨ ਆ, ਐਕਸਰੇਜ, ਯੂਵੀ ਰੇਜ਼, ਮਾਈਕਰੋਵੇਵਸ ਔਰ ਗਾਮਾ ਰੇਜ਼। ਠੀਕ ਹੈ, ਸੋ ਇਹਦੇ ਅਕੋਰਡਿੰਗਲੀ ਮਾਈਕਰੋਵੇਵ ਗਿਵਨ ਹੈ। ਸੋ ਮਾਈਕਰੋਵੇਵ ਗਿਵਨ ਹੈ ਤਾਂ ਮਤਲਬ ਮਾਈਕਰੋਵੇਵ ਦੀ ਜਿਹੜੀ ਆ ਵੇਵ ਲੈਂਥ ਹੋਏਗੀ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਹੋਏਗੀ। ਸੋ ਮਾਈਕਰੋਵੇਵ ਦੀ ਅਸੀਂ ਰੇਂਜ ਲਿਖ ਦਿੱਤੀ। ਦੂਸਰੀ ਗੱਲ ਬੱਚੇ, ਕਈ ਵਾਰੀ ਜਿਹੜਾ ਵਿਜ਼ੀਬਲ ਆ ਜਾਂਦਾ ਆ, ਵਿਜ਼ੀਬਲ ਲਾਈਟ ਦੇ ਵਿੱਚ 7 ਕਲਰਸ ਹੁੰਦੇ ਆ, ਕਿਹੜੇ ਕਲਰ? ਵਿਬਗਿਓਰ। ਤੁਸੀਂ 10th ਦੇ ਅੰਦਰ ਪੜ੍ਹ ਕੇ ਆਏ ਆ, ਵੀ ਦਾ ਮਤਲਬ ਕੀ ਆ? ਵਾਇਲਟ ਕਲਰ, ਆਈ ਦਾ ਮਤਲਬ ਇੰਡੀਗੋ, ਬੀ ਦਾ ਮਤਲਬ ਬਲੂ। ਉਹਦੇ ਵਿੱਚੋਂ ਰੈੱਡ ਲਾਈਟ ਦੀ ਜਿਹੜੀ ਵੇਵ ਲੈਂਥ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਵੀ ਦੀ ਸਭ ਤੋਂ ਘੱਟ ਹੁੰਦੀ ਆ। ਠੀਕ ਹੈ, ਅਗਰ ਵਿਜ਼ੀਬਲ ਲਾਈਟ ਦੇ ਵਿੱਚ ਕਲਰਸ ਆ ਜਾਣ ਤਾਂ ਕਲਰਸ ਨੂੰ ਵੀ ਕਨਫਿਊਜ਼ ਨਹੀਂ ਹੋਣਾ। 13th ਕੁਸ਼ਚਨ ਬੱਚੇ, ਮੋਸਟ ਇੰਪੋਰਟੈਂਟ ਆ, ਮੈਂ ਐਕਸਪਲੇਨ ਨਹੀਂ ਕਰ ਰਹੀ। ਨੈਕਸਟ ਆ ਜਾਓ ਬੱਚੇ, ਇੱਥੇ ਵੀ ਕਾਫੀ ਬੱਚੇ ਪੁੱਛਦੇ ਆ, ਇਲੈਕਟ੍ਰਿਕ ਪੋਟੈਂਸ਼ੀਅਲ ਇਜ਼ ਅ ਕੋਂਸਟੈਂਟ ਇਨ ਅ ਰੀਜਨ, ਵਟ ਕੈਨ ਵੀ ਸੇ ਅਬਾਊਟ ਦ ਇਲੈਕਟ੍ਰਿਕ ਫੀਲਡ? ਬੱਚੇ ਇਲੈਕਟ੍ਰਿਕ ਫੀਲਡ ਕੀ ਹੋਏਗੀ? ਉਹਨਾਂ ਨੇ ਕਿਹਾ ਆ ਕਿ ਇਲੈਕਟ੍ਰਿਕ ਪੋਟੈਂਸ਼ੀਅਲ ਜਿਹੜਾ ਆ ਉਹ ਤੁਹਾਡਾ ਕੀ ਆ? ਕੋਂਸਟੈਂਟ ਆ। ਇਹਦਾ ਮਤਲਬ ਡੀ ਵੀ ਓਵਰ ਡੀ ਆਰ ਕੀ ਆ? ਤੁਹਾਡਾ ਕੋਂਸਟੈਂਟ ਆ। ਕੋਂਸਟੈਂਟ ਆ ਤਾਂ ਕਿਹਦੇ ਕੋਲ ਹੁੰਦਾ? ਈ ਦੇ ਕੋਲ। ਅਗਰ ਆ ਪੂਰੀ ਟਰਮ ਕੋਂਸਟੈਂਟ ਆ ਬੱਚੇ, ਠੀਕ ਹੈ, ਉਹਨਾਂ ਨੇ ਕਿਹਾ ਆ ਇਲੈਕਟ੍ਰਿਕ ਪੋਟੈਂਸ਼ੀਅਲ ਆਹ ਵਾਲਾ ਵੀ ਜੋ ਆ ਸਾਡਾ ਕੋਂਸਟੈਂਟ ਆ, ਤਾਂ ਡੀ ਓਵਰ ਡੀ ਆਰ ਵਾਲੀ ਸਾਰੀ ਟਰਮ ਕੀ ਹੋ ਜਾਏਗੀ? ਜ਼ੀਰੋ। ਇਹਦਾ ਮਤਲਬ ਇਲੈਕਟ੍ਰਿਕ ਫੀਲਡ ਦਾ ਆਨਸਰ ਕਿੰਨਾ ਆ ਜਾਏਗਾ? ਜ਼ੀਰੋ। ਬੱਚੇ 15th ਕੁਸ਼ਚਨ ਨੰਬਰ ਦੇਖੋ, ਇਫ ਐਨ ਕਪੈਸਿਟਰਸ ਆਰ ਕਨੈਕਟਡ ਇਨ ਅ ਪੈਰਲਲ ਟੂ ਵੀ ਵੋਲਟ, ਅਗਰ ਐਨ ਕਪੈਸਿਟਰਸ ਵੀ ਦੇ ਨਾਲ ਕਨੈਕਟ ਕੀਤਾ ਜਾਵੇ ਤਾਂ ਟੋਟਲ ਐਨਰਜੀ ਆਫ ਦਾ ਸਿਸਟਮ ਕਿੰਨੀ ਹੋਏਗੀ? ਸੋ ਬੱਚੇ ਟੋਟਲ ਐਨਰਜੀ ਵੈਸੇ ਕਿੰਨੀ ਹੁੰਦੀ ਆ? ਹਾਫ ਸੀ ਵੀ ਸਕੁਅਰ। ਅਗਰ ਨੰਬਰ ਆਫ ਟਰਨਸ ਆ ਤਾਂ ਇਹਦੇ ਨਾਲ ਐਨ ਮਲਟੀਪਲਾਈ ਕਰ ਦਿਓ ਤਾਂ ਕਿੰਨਾ ਆ ਜਾਏਗਾ? ਹਾਫ ਐਨ ਵੀ ਸੀ ਵੀ ਸਕੁਅਰ। ਠੀਕ ਹੈ ਜੀ, ਸੋ ਸਿੰਪਲ ਆਨਸਰ ਆ ਰਿਹਾ। 16th ਕੁਸ਼ਚਨ ਦੇਖ ਲਓ, ਉਹਨਾਂ ਨੇ ਕਿਹਾ ਐਨਰਜੀ ਪਰ ਯੂਨਿਟ ਵੋਲੀਅਮ ਫੋਰ ਅ ਕਪੈਸਿਟਰ ਹੈਵਿੰਗ ਏਰੀਆ ਏ ਐਂਡ ਸੈਪਰੇਸ਼ਨ ਡੀ ਕੈਪਟ ਐਟ ਪੋਟੈਂਸ਼ੀਅਲ ਡਿਫਰੈਂਸ ਵੀ ਇਜ਼ ਗਿਵਨ ਬਾਈ। ਸੋ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋਏਗਾ? ਸੋ ਐਨਰਜੀ ਦਾ ਬੱਚੇ ਫਾਰਮੂਲਾ ਕੀ ਹੁੰਦਾ? ਹਾਫ ਸੀ ਵੀ ਸਕੁਅਰ। ਸੀ ਦੀ ਵੈਲਿਊ ਕਿੰਨੀ ਆ? ਏ ਐਪਸਾਇਲਨ ਨੋਟ ਓਵਰ ਡੀ। ਸੋ ਉਹਨਾਂ ਨੇ ਕਿਹਾ ਐਨਰਜੀ ਡੈਂਸਿਟੀ ਪਤਾ ਕਰੋ, ਸੋ ਦੈਟ ਇਜ਼ ਈ ਓਵਰ ਵੀ। ਸੋ ਜਸਟ ਵੈਲਿਊਜ਼ ਪੁੱਟ ਕੀਤੀਆਂ ਔਰ ਆਨਸਰ ਅਸੀਂ ਸੋਲਵ ਕਰ ਲਿਆ। ਨੈਕਸਟ ਆ ਜਾਓ 17th ਕੁਸ਼ਚਨ, ਕਪੈਸਿਟਰ ਆਫ ਦ ਅਰਥ ਇਜ਼ ਕਨੈਕਟਡ। ਵੈਸੇ ਤਾਂ ਬੱਚੇ ਕੈਲਕੂਲੇਸ਼ਨ ਆ, ਤੁਹਾਡੀ ਬੁੱਕ ਦੇ ਅੰਦਰ ਡੈਰੀਵੇਸ਼ਨ ਪ੍ਰੋਪਰ ਗਿਵਨ ਆ, ਕੈਲਕੂਲੇਸ਼ਨ ਗਿਵਨ ਆ, ਅਦਰਵਾਈਜ਼ ਡਾਇਰੈਕਟ ਲਰਨ ਹੀ ਕਰ ਲਓ ਕਿ 711 ਮਾਈਕਰੋਫੈਰਡ ਜਿਹੜੀ ਆ ਧਰਤੀ ਦੇ ਉੱਪਰ ਇੰਨੀ ਕਪੈਸਿਟੈਂਸ ਹੁੰਦੀ ਆ। ਨੈਕਸਟ ਆ ਜਾਓ, ਦ ਰੇਸ਼ੋ ਆਫ ਦ ਰਜਿਸਟੈਂਸ ਆਫ 40 ਵਾਟ ਐਂਡ 60 ਵਾਟ ਇਲੈਕਟ੍ਰਿਕ ਬੱਲਬ ਇਜ਼। ਸੋ ਕਿੰਨੀ ਵੈਲਿਊ ਹੋਏਗੀ? ਹੁਣ ਧਿਆਨ ਦੇਖੋ ਬੱਚੇ, ਸਾਨੂੰ P1 P2 ਗਿਵਨ ਆ। ਸੋ P ਜਿਹੜਾ ਆ ਉਹ ਕਿਹਦੇ ਇਕੁਅਲ ਹੁੰਦਾ? ਪੀ ਦੀ ਵੈਲਿਊ ਕਿਹਦੀ ਕੀ ਹੁੰਦੀ ਆ? ਵੀ ਸਕੇਅਰ ਓਵਰ ਆਰ। ਇਹਦਾ ਮਤਲਬ ਪੀ ਆ ਉਹ ਆਰ ਦੇ ਇਨਵਰਸਲੀ ਪ੍ਰਪੋਰਸ਼ਨਲ ਆ। ਸੋ R1 R2 ਦੀ ਵੈਲਿਊ, ਸੋ ਬੱਚੇ R1 R2 ਦੀ ਵੈਲਿਊ ਕਿੱਦਾਂ ਪਤਾ ਲੱਗੇਗੀ? ਜਿੱਦਾਂ ਹੀ P1 P2 ਦੀ ਵੈਲਿਊ ਪੁੱਟ ਕਰਾਂਗੇ, ਉਹਨੂੰ ਸੋਲਵ ਕਰੋ ਤਾਂ ਤੁਹਾਡੀ ਰੇਸ਼ੋ ਆ ਜਾਏਗੀ 3/2। ਠੀਕ ਹੈ ਜੀ, ਨੈਕਸਟ ਆ ਜਾਓ 19 ਨੰਬਰ ਕੁਸ਼ਚਨ 'ਤੇ, ਦ ਲੈਂਥ ਐਂਡ ਦ ਏਰੀਆ ਆਫ ਕ੍ਰੋਸ ਸੈਕਸ਼ਨ ਮੈਟਲ ਵਾਇਰ ਆਰ ਡਬਲ, ਅਗਰ ਡਬਲ ਕਰ ਦਿੱਤੀ ਜਾਵੇ ਤਾਂ ਕਹਿੰਦੇ ਕੀ ਹੋਏਗਾ? ਬੱਚੇ ਅਗਰ ਉਹਨਾਂ ਨੇ ਕਿਹਾ ਕਿ ਲੈਂਥ ਔਰ ਏਰੀਆ ਦੋਨੋਂ ਹੀ ਡਬਲ ਹੋ ਗਏ, ਜੇ ਦੋਨੋਂ ਹੀ ਡਬਲ ਹੋ ਗਏ ਤਾਂ ਕੋਈ ਵੀ ਚੇਂਜਿਸ ਨਹੀਂ ਆਉਣਗੀਆਂ। 20th ਕੁਸ਼ਚਨ ਬੱਚੇ ਈਜ਼ੀ ਆ, ਇਹ ਖੁਦ ਕਰ ਲੈਣਾ। 21st ਕੁਸ਼ਚਨ ਦੇਖੋ, ਵਾਈ ਇਜ਼ ਡਾਇਆਮੈਗਨੈਟਿਕ ਇੰਡੀਪੈਂਡੈਂਟ ਆਫ ਟੈਂਪਰੇਚਰ? ਟੈਂਪਰੇਚਰ ਦੇ ਇੰਡੀਪੈਂਡੈਂਟ ਕਿਉਂ ਹੁੰਦਾ ਆ? ਕਿਉਂਕਿ ਜਿਹੜਾ ਤੁਹਾਡਾ ਡਾਈਪੋਲ ਆ
ਉਹ ਡਾਇਆਮੈਗਨੈਟਿਕ ਆ, ਉਹਦੇ ਵਿੱਚ ਬੱਚੇ ਜਿਹੜੇ ਡੋਮੇਨਸ ਹੁੰਦੇ ਆ ਉਹ ਇੱਧਰ ਉੱਧਰ ਡਾਇਰੈਕਸ਼ਨ ਦੇ ਵਿੱਚ ਪਏ ਹੁੰਦੇ ਆ, ਉਹਦੀ ਕੋਈ ਪਰਟੀਕੁਲਰ ਡਾਇਰੈਕਸ਼ਨ ਨਹੀਂ ਹੁੰਦੀ, ਸਾਰੇ ਇੱਧਰ ਉੱਧਰ ਖਿਲ ਰਹੇ ਪਏ ਆ, ਇਹਦਾ ਮਤਲਬ ਨੈੱਟ ਡਾਈਪੋਲ ਮੂਮੈਂਟ ਉੱਥੇ ਕਿੰਨਾ ਹੋ ਜਾਏਗਾ, ਜ਼ੀਰੋ ਹੋ ਜਾਏਗਾ। ਨੈਕਸਟ ਆ, ਵਟ ਇਜ਼ ਦ ਮੈਗਨੀਟਿਊਡ ਆਫ ਫੋਰਸ ਐਕਸਪੀਰੀਅੰਸ ਬਾਈ ਅ ਸਟੇਸ਼ਨਰੀ ਚਾਰਜ ਐਕਸਪੋਜ਼ ਟੂ ਦ ਯੂਨੀਫਾਰਮ ਮੈਗਨੈਟਿਕ ਫੀਲਡ। ਯੂਨੀਫਾਰਮ ਮੈਗਨੈਟਿਕ ਫੀਲਡ ਦੇ ਅੰਦਰ ਬੱਚੇ ਮੈਗਨੀਟਿਊਡ ਆਫ ਫੋਰਸ ਪਤਾ ਕਰਨ ਲਈ ਕਿਹਾ, ਕਿਉਂਕਿ ਉੱਥੇ ਫੋਰਸ ਹੀ ਜ਼ੀਰੋ ਆ, ਵਿਲੋਸਟੀ ਜ਼ੀਰੋ ਆ, ਸੋਰੀ ਸਟੇਸ਼ਨਰੀ ਚਾਰਜ ਆ ਤਾਂ ਵਿਲੋਸਟੀ ਜ਼ੀਰੋ ਹੋਏਗੀ ਤਾਂ ਫੋਰਸ ਵੀ ਕਿੰਨਾ ਹੋਏਗਾ, ਜ਼ੀਰੋ ਹੋਏਗਾ। ਨੈਕਸਟ ਕੁਸ਼ਚਨ ਆ, ਅ ਚਾਰਜ ਪਾਰਟੀਕਲ ਐਂਟਰਸ ਇਨ ਅ ਮੈਗਨੈਟਿਕ ਫੀਲਡ ਐਟ ਦ ਐਂਗਲ ਆਫ 90 ਡਿਗਰੀ ਵਿਦ ਅ ਮੈਗਨੈਟਿਕ ਫੀਲਡ। ਹੁਣ ਬੱਚੇ ਕੋਈ ਚਾਰਜ ਪਾਰਟੀਕਲ ਆ ਮੈਗਨੈਟਿਕ ਫੀਲਡ ਦੇ ਅੰਦਰ ਐਂਟਰ ਕਰ ਰਿਹਾ, ਤੁਹਾਨੂੰ ਪਹਿਲਾਂ ਦੱਸਿਆ ਸੀ ਅਗਰ 90 ਡਿਗਰੀ ਜਾਂ ਪਲੱਸ ਐਂਗਲ ਆ ਤਾਂ ਉਹ ਕਿਹਦੇ ਨਾਲ ਐਂਟਰ ਕਰੇਗਾ, ਸਰਕੂਲਰ ਪਾਥ ਦੇ ਵਿੱਚ। ਅਗਰ 90 ਡਿਗਰੀ ਤੋਂ ਘੱਟ ਐਂਗਲ ਆ, ਲਾਈਕ 30 ਡਿਗਰੀ, 40 ਡਿਗਰੀ, 50 ਡਿਗਰੀ, 60 ਡਿਗਰੀ ਕੁਛ ਵੀ ਆ, ਤਾਂ ਉਹ ਕਿਹੜਾ ਪਾਥ ਫੋਲੋ ਕਰੇਗਾ, ਹੈਲੀਕਲ ਪਾਥ ਜਾਂ ਫਿਰ ਹੈਲਿਕਸ। ਸੋ 90 ਡਿਗਰੀ ਆ ਤਾਂ ਕਿਹੜਾ ਹੋਏਗਾ, ਸਰਕੂਲਰ ਪਾਥ, ਤਾਂ ਸਰਕਲ ਜਿਹੜਾ ਤੁਹਾਡਾ ਰਾਈਟ ਆਂਸਰ ਹੈ। 24th ਦਾ ਦੇਖੋ, ਅ ਟਰਾਂਸਫਾਰਮਰ ਵਰਕਸ ਔਨ, ਟਰਾਂਸਫਾਰਮਰ ਕਿਹਦੇ ਲਈ ਕੰਮ ਕਰਦਾ ਆ, ਸੋ ਟਰਾਂਸਫਾਰਮਰ ਬੱਚੇ ਜਿਹੜਾ ਆ ਏਸੀ ਦੇ ਲਈ ਹੀ ਕੰਮ ਕਰਦਾ ਆ। ਨੈਕਸਟ ਆ ਜਾਓ, ਐਲ ਸੀ ਆਰ ਸੀਰੀਜ਼ ਸਰਕਿਟ ਆ, ਉਹ ਕਹਿੰਦੇ ਮੈਕਸੀਮਮ ਕਦੋਂ ਹੋਏਗਾ, ਮੈਕਸੀਮਮ ਕਦੋਂ ਹੁੰਦੀ, ਜਦੋਂ ਰੈਜ਼ੋਨੈਂਸ ਕੰਡੀਸ਼ਨ ਆਉਂਦੀ ਆ, ਸੋ ਐਕਸ ਐਲ ਇਕੁਅਲਸ ਟੂ ਐਕਸ ਸੀ। 26 ਦੇਖੋ, ਵਾਈ ਕੈਨ ਨਾਟ ਟਰਾਂਸਫਾਰਮਰ ਬੀ ਯੂਜ਼ਡ ਟੂ ਸਟੈਪ ਅਪ ਡੀ ਸੀ ਵੋਲਟੇਜ, ਜਿਹੜਾ ਟਰਾਂਸਫਾਰਮਰ ਹੈ ਇਹਨੂੰ ਕਿਉਂ ਯੂਜ਼ ਨਹੀਂ ਕਰਦੇ, ਕਿਉਂਕਿ ਬੱਚੇ ਡੀ ਸੀ ਦੀ ਇੱਕ ਤਾਂ ਜ਼ੀਰੋ ਫਰੀਕੁਐਂਸੀ ਹੁੰਦੀ ਆ, ਦੂਸਰਾ ਇਹ ਆ ਕਿ ਡੀ ਸੀ ਡਜ਼ ਨਾਟ ਪ੍ਰੋਡਿਊਸ ਚੇਂਜਿੰਗ ਫੀਲਡ, ਇਹ ਚੇਂਜਿੰਗ ਫੀਲਡ ਪ੍ਰੋਡਿਊਸ ਨਹੀਂ ਕਰਦਾ, ਡਾਇਰੈਕਟ ਕਰੰਟ ਸਿੱਧਾ ਹੁੰਦਾ ਆ, ਜਿਹੜੀ ਚੇਂਜ ਕਰਦਾ ਉਹ ਕੌਣ ਕਰਦਾ, ਏ ਸੀ ਕਰਦਾ। ਸੋ ਏ ਔਰ ਸੀ ਜਿਹੜਾ ਆ ਦੋਨੋਂ, ਏ ਔਰ ਬੀ ਜਿਹੜੀਆਂ ਦੋਨੋਂ ਆਪਸ਼ਨਸ ਆ। ਨੈਕਸਟ ਆ ਜਾਓ, ਦ ਆਰ ਐਮ ਐਸ ਵੈਲਿਊ ਆਫ 220, ਦ ਨੀਅਰੈਸਟ ਪੀਕ ਵੈਲਿਊ, ਸੋ ਪੀਕ ਵੈਲਿਊ ਵਿੱਚ 311 ਹੁੰਦੀ ਆ, ਸੋ ਸਟੈਂਡਰਡ ਵੈਲਿਊ ਆ, ਲਰਨ ਕਰ ਲਓ ਇਹਨੂੰ ਵੈਲਿਊ ਨੂੰ, ਅਗਰ ਨਹੀਂ ਲਰਨ ਹੁੰਦੀ ਤਾਂ ਬੱਚੇ ਤੁਸੀਂ ਇਹਨੂੰ ਸੋਲਵ ਕਰਕੇ ਵੀ ਦੇਖ ਸਕਦੇ ਆ ਕਿ 311 ਆਂਸਰ ਆਏਗਾ। ਨੈਕਸਟ ਆ, ਅਕੋਰਡਿੰਗ ਟੂ ਦ ਮੈਕਸਵੈਲ, ਅ ਚੇਂਜਿੰਗ ਇਲੈਕਟ੍ਰਿਕ ਫੀਲਡ ਗਿਵ ਰਾਈਜ਼ ਟੂ, ਸੋ ਚੇਂਜਿੰਗ ਇਲੈਕਟ੍ਰਿਕ ਫੀਲਡ ਕੌਣ ਦਿੰਦਾ ਆ, ਮੈਗਨੈਟਿਕ ਫੀਲਡ। ਨੈਕਸਟ ਆ ਜੋ ਨੂਮੈਰੀਕਲ 'ਤੇ, 29th ਨੂਮੈਰੀਕਲ ਬੱਚੇ, ਕਪੈਸਿਟਰ ਆਫ ਸਫੈਰੀਕਲ ਕੰਡਕਟਰ ਵਿਦ ਰੇਡੀਅਸ 1 ਮੀਟਰ, ਸੋ ਬੱਚੇ ਕਪੈਸਿਟਰ ਦਾ ਇੱਕ ਨੂਮੈਰੀਕਲ ਆਏਗਾ ਹੀ ਆਏਗਾ, ਇਲੈਕਟ੍ਰਿਕ ਫੀਲਡ ਦਾ ਇੱਕ ਨੂਮੈਰੀਕਲ ਆਏਗਾ ਹੀ ਆਏਗਾ, ਸੋ ਕਿਉਂਕਿ ਦੋ ਨੂਮੈਰੀਕਲ ਤੁਹਾਡੇ ਫਸਟ ਯੂਨਿਟ ਦੇ ਅੰਦਰ ਆਉਣਗੇ। ਸੋ ਕਪੈਸਿਟਰ ਦੇ ਬੱਚੇ ਜਿਹੜੇ ਸਫੈਰੀਕਲ ਕਪੈਸਿਟਰ ਹੋ ਗਿਆ, ਐਨਰਜੀ ਵਾਲੇ ਟੋਪਿਕ ਹੋ ਗਏ, ਸੋ ਇਹ ਵਾਲੇ ਨੂਮੈਰੀਕਲ ਦੀ ਪ੍ਰੈਕਟਿਸ ਕਰਕੇ ਜਾਣਾ। ਸੋ ਫਾਰਮੂਲਾ ਕੀ ਆ, 4πε0r ਵੈਲਿਊਜ਼ ਪੁੱਟ ਕੀਤੀਆਂ ਔਰ ਤੁਹਾਡਾ ਆਂਸਰ ਆ ਜਾਏਗਾ। ਨੈਕਸਟ ਆ, ਦੇਰ ਆਰ 2 ਚਾਰਜਿਸ, 1 μC ਐਂਡ 5 μC, ਰੇਸ਼ੋ ਨਿਕਾਲਨੀ ਆ ਫੋਰਸ ਔਨ ਦੈਮ। ਸੋ ਬੱਚੇ ਪਹਿਲਾਂ F12 ਨਿਕਾਲ ਲਿਆ, ਦੈਨ F21 ਨਿਕਾਲ ਲਿਆ, ਹੁਣ ਦੋ ਚਾਰਜਿਸ ਆ ਇਸ ਤਰੀਕੇ ਦੀ, ਇੱਕ 4 μC ਆ ਔਰ ਇੱਕ 2 ਆ, ਸੋ ਕਿੰਨਾ ਹੋਏਗਾ, 1/4πε0 Q1 ਕਿੰਨਾ 4 ਅਤੇ Q2 ਕਿੰਨਾ ਆ, ਸੋਰੀ 1 ਔਰ 5 ਗਿਵਨ ਆ, 1 ਔਰ 5 ਤਾਂ Q1 ਕਿੰਨਾ ਆ 5 ਅਤੇ Q2 ਕਿੰਨਾ ਆ, Q1 ਇਜ਼ 5, Q2 ਕਿੰਨਾ ਆ 5, Q1 ਕਿੰਨਾ ਆ ਹੁਣ 5 ਅਤੇ Q2 ਕਿੰਨਾ ਆ 1, ਠੀਕ ਆ ਜੀ, ਆ Q1 ਕਿੰਨਾ ਤੁਹਾਡਾ 1 ਅਤੇ Q2 ਕਿੰਨਾ ਆ ਤੁਹਾਡਾ 5, ਠੀਕ ਹੈ ਜੀ। ਸੋ ਜਦੋਂ ਇਹਨਾਂ ਦੀ ਵੈਲਿਊਜ਼ ਲਿਖੀ ਕਿ ਸਾਰੀ ਦੀ ਸਾਰੀ ਟਰਮ ਇੱਕ ਦੂਸਰੇ ਨਾਲ ਕੈਂਸਲ ਆਊਟ ਹੋ ਜਾਏਗੀ ਤਾਂ ਆਂਸਰ ਆ ਜਾਏਗਾ 1:1। ਨੈਕਸਟ ਆ, ਅ ਇਲੈਕਟ੍ਰਿਕ ਬੱਲਬ ਮਾਰਕਡ 100 ਵਾਟ 200 ਵੋਲਟ ਵੁੱਡ ਮੀਨਸ ਦ ਰਿਜ਼ਿਸਟੈਂਸ, ਸੋ ਰਿਜ਼ਿਸਟੈਂਸ ਕਿੱਦਾਂ ਦੀ ਹੋਏਗੀ। ਸੋ ਫਾਰਮੂਲਾ ਬੱਚੇ ਹੁਣ ਤੱਕ ਤੁਹਾਨੂੰ ਚੰਗੇ ਤਰੀਕੇ ਨਾਲ ਲਰਨ ਹੋ ਗਿਆ ਹੋਏਗਾ, P=V² / R, ਸੋ ਜਸਟ ਵੈਲਿਊਜ਼ ਪੁੱਟ ਕਰੋ ਅਤੇ ਤੁਹਾਡਾ ਆਂਸਰ ਆ ਜਾਏਗਾ। ਨੈਕਸਟ ਆ ਜਾਓ, ਕਾਇਨੈਟਿਕ ਐਨਰਜੀ, ਬੱਚੇ ਹੁਣ ਥਰਡ ਯੂਨਿਟ ਆ ਜਿਹੜਾ, ਇਹਦੇ ਵਿੱਚ ਸਾਈਕਲੋਟ੍ਰੋਨ ਹੋ ਗਿਆ, ਗਲਵੈਨੋਮੀਟਰ ਹੋ ਗਿਆ, ਇਹ ਮੋਸਟ ਇੰਪੋਰਟੈਂਟ ਟੌਪਿਕਸ ਆ, ਸੋ ਇਹਨਾਂ ਦੇ ਜਿਹੜੇ ਆ ਨੂਮੈਰੀਕਲਸ ਆ ਉਹ ਜ਼ਿਆਦਾ ਚੰਗੀ ਤਰੀਕੇ ਦੇ ਨਾਲ
ਕਹਿ ਲਓ ਪੜ੍ਹ ਕੇ ਜਾਣਾ। ਸੋ 32nd ਕੁਸ਼ਚਨ ਆ, ਅ 2 ਇਲੈਕਟ੍ਰੋਨ ਵੋਲਟ ਪ੍ਰੋਟੋਨ ਇਜ਼ ਮੂਵਿੰਗ ਪਰਪੈਂਡੀਕੁਲਰ ਟੂ ਦ ਯੂਨੀਫਾਰਮ ਮੈਗਨੈਟਿਕ ਫੀਲਡ, ਇੰਨੀ ਗਿਵਨ ਆ ਤਾਂ ਫੋਰਸ ਪਤਾ ਕਰਨੀ ਆ। ਸੋ ਫੋਰਸ ਬੱਚੇ ਐਕਚੁਅਲੀ ਹੁੰਦਾ ਕੀ ਆ, ਐਫ ਇਜ਼ ਇਕੁਅਲ ਟੂ ਕਿਊ ਵੀ ਬੀ ਸਾਈਨ ਥੀਟਾ। ਹੁਣ ਕਿਊ ਗਿਵਨ ਆ, ਵੀ ਗਿਵਨ ਆ, ਥੀਟਾ ਗਿਵਨ ਹੈ। ਹੁਣ ਪ੍ਰੋਬਲਮ ਕੀ ਆ ਸਾਡੀ ਮਾਸ ਦੀ, ਸੋਰੀ ਵਿਲੋਸਟੀ ਦੀ। ਸੋ ਵਿਲੋਸਟੀ ਕਿੱਥੋਂ ਨਿਕਾਲਾਂਗੇ? ਕਨਾਈਟਿਕ ਐਨਰਜੀ ਤੋਂ। ਕਨਾਈਟਿਕ ਐਨਰਜੀ ਤੋਂ ਬੱਚੇ ਵਿਲੋਸਟੀ ਨਿਕਾਲ ਲਓ, ਜਿੱਦਾਂ ਹੀ ਵਿਲੋਸਟੀ ਆਈ ਉੱਪਰ ਵੈਲਿਊ ਪੁੱਟ ਕਰੋ ਤਾਂ ਅਪਰੋਕਸੀਮੇਟ ਜਿਹੜਾ ਤੁਹਾਡਾ ਆਂਸਰ ਆ ਜਾਏਗਾ। 33rd ਕੁਸ਼ਚਨ ਦੇਖੋ, ਅ ਮੈਗਨੈਟਿਕ ਫਲਕਸ ਪਾਸਿੰਗ ਥਰੂ ਅ ਕੋਇਲ ਚੇਂਜਿਸ ਫਰੋਮ 6 × 10⁻⁶ -3 ਐਂਡ 7.2 × 10⁻³ ਦੈਨ ਕੈਲਕੂਲੇਟ ਦ ਮੈਗਨੀਟਿਊਡ ਆਫ ਈ ਐਮ ਐਫ। ਈ ਐਮ ਮਤਲਬ ਕਿ ਈਜ਼ ਇਕੁਅਲ ਟੂ -d5/dt ਪਤਾ ਕਰਨਾ ਆ। ਸੋ ਜਸਟ ਵੈਲਿਊਸ ਪੁੱਟ ਕਰੋ ਅਤੇ ਸੋਲਵ ਕਰੋ, ਤੁਹਾਡਾ ਆਂਸਰ ਆ ਜਾਏਗਾ। ਸੋ ਦਿਸ ਇਜ਼ ਅ ਮੋਸਟ ਇੰਪੋਰਟੈਂਟ ਕੁਸ਼ਚਨ। ਸੋ ਬੱਚੇ ਅੱਜ ਫਸਟ ਸੈਂਪਲ ਪੇਪਰ ਦਾ ਲਾਸਟ ਕੁਸ਼ਚਨ ਆ, ਇਨ ਅ ਪਲੇਨ ਇਲੈਕਟ੍ਰੋਮੈਗਨੈਟਿਕ ਵੇਵ ਆ ਦ ਇਲੈਕਟ੍ਰਿਕ ਫੀਲਡ ਓਸੀਲੇਟ ਸੋਨੋਸਾਈਡਲ। ਸੋਨੋਸਾਈਡਲ ਕੀ ਹੁੰਦਾ ਬੱਚੇ? ਜਿਹੜੀ ਸਾਈਨ ਇਸ ਤਰ੍ਹਾਂ ਨਾਲ, ਮਤਲਬ ਕਿ ਏ ਸੀ ਨੂੰ ਸੋਨੋਸਾਈਡਲ ਕਹਿ ਦਿੰਦੇ ਆ। ਸੋ ਉਹਨਾਂ ਨੇ ਕਿਹਾ ਆ ਕਿ ਵੇਵ ਲੈਂਥ ਪਤਾ ਕਰੋ। ਸੋ ਲੈਮਡਾ ਕਿਹਦੇ ਇੱਕ ਹੁੰਦੀ ਆ? ਸੀ ਓਵਰ ਮਿਊ। ਸੀ ਸਟੈਂਡਰਡ ਵੈਲਿਊ ਆ, ਮਿਊ ਤੁਹਾਨੂੰ ਗਿਵਨ ਆ, ਜਸਟ ਵੈਲਿਊਸ ਪੁੱਟ ਕੀਤੀਆਂ ਤਾਂ ਸੋਲਵ ਕੀਤਾ, ਡਨ। ਸੋ ਬੱਚੇ ਇਹ ਤੁਹਾਡਾ ਸੀ ਅੱਜ ਦਾ ਫਸਟ ਸੈਂਪਲ ਪੇਪਰ। ਸੋ ਨੈਕਸਟ ਡਿਸਕਸ ਕਰਦੇ ਹਾਂ ਸੈਕਿੰਡ ਸੈਂਪਲ ਪੇਪਰ।